तब स्थानीय बीबी प्रधान कौर के बरनाला के शहीदी बाबा जीवन सिंह के 314वें शहीदी दिवस पर जो 25 फरवरी 2018 को दिन रविवार को अनाज मंडी बरनाला में मनाया जा रहा है, जिसके संबंधी मीटिंग जिला प्रधान सरदार अवतार सिंह के प्रधानगी की बीच हुई। वहां के पत्रकार प्राइम ब्रेकिंग न्यूज चैनल के पत्रकार सरबजीत सिंह से प्रधान जी से बात की है कि बाबा शहीद के पूर्वक मनाए जाने की तैयारियां समाप्त हो चुकी हैं। इस समागम में सफलता पूर्वक समाप्त करने के लिए जिला बरनाला इलावा और भी गांव के शहर के संगत वहां पर समागम में शामिल होंगे। इससे ये भी निवेदन किया जा रहा है कि आसपास में जो भी समागम है 50 से ज्यादा संगत शामिल हो, और ये 25/2 को गुरुद्वारा साहिब के अखंड पाठ भी करवाया जा रहा है। आप देख सकते हैं बरनाला से सरबजीत सिंह के अज साडी मीटिंग श्रोमणी शहीद बाबा जीवन सिंह विद्यक ते भलाई ट्रस्ट जिला बरनाला दी हुई है, जिस विच 25 फरवरी दिन एतवार नूं बाबा जीवन सिंह जी दे 314वें शहीदी दिहाड़े नूं समर्पित एक विशाल समागम दाणा मंडी बरनाला विखे करवाया जा रहा है। उस दीआं तैयारियां नूं करन संबंधी इह मीटिंग कीती गई है, जिस विच लगभग 50,000 संगतां दे पहुँचण दा अनुमान है। असीं संगतां दे ਪਹੁੰਚਣ ਤੇ ਉਹਨਾਂ ਦਾ ਸਵਾਗਤ ਕਿਵੇਂ ਕੀਤਾ ਜਾਵੇ, ਵਧੀਆ ਢੰਗ ਨਾਲ ਕੀਤਾ ਜਾਵੇ, ਉਹਦੀਆਂ ਤਿਆਰੀਆਂ ਕੀਤੀਆਂ ਨੇ ਔਰ ਲੰਗਰ ਦਾ ਪ੍ਰਬੰਧ ਦੀਆਂ ਤਿਆਰੀਆਂ ਕੀਤੀਆਂ ਨੇ, ਤਾਂ ਕਿ ਸਾਡੇ ਜਿਹੜਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਹੀ ਭਰਪੂਰ ਸਫਲਤਾ ਦੇ ਨਾਲ ਮਨਾਇਆ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਅਤੇ ਭਲਾਈ ਟਰੱਸਟ ਦੇ ਮੈਂ ਜ਼ਿਲ੍ਹਾ ਪ੍ਰਧਾਨ ਬਰਨਾਲਾ ਦਾ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਚੇਅਰਮੈਨ ਸਾਹਿਬ ਸਰਦਾਰ ਜਸਵੰਤ ਸਿੰਘ ਜੀ ਦੀ ਅਗਵਾਈ ਹੇਠ ਸ਼ਹੀਦ ਬਾਬਾ ਜੀਵਨ ਸਿੰਘ ਦਾ 314ਵਾਂ ਸ਼ਹੀਦੀ ਦਿਹਾੜਾ ਅਨਾਜ ਮੰਡੀ ਬਰਨਾਲਾ ਵਿਖੇ 25 ਫਰਵਰੀ 2018 ਦਿਨ ਐਤਵਾਰ ਨੂੰ ਅਨਾਜ ਮੰਡੀ ਵਿਖੇ ਮਨਾਇਆ ਜਾਣਾ। ਸੋ ਜਿੰਨੀਆਂ ਵੀ ਸੰਗਤਾਂ ਤੱਕ ਮੇਰਾ ਸੰਦੇਸ਼ ਪਹੁੰਚਦਾ, ਸਾਰੀਆਂ ਸੰਗਤਾਂ ਹੋਮਾ ਮਾ ਕੇ ਇਸ ਸ਼ਹੀਦੀ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨ, ਕਿਉਂਕਿ ਇਸ ਸਮਾਗਮ ਦੇ ਵਿੱਚ ਜਿੱਥੇ ਕੀਰਤਨੀ ਜਥਿਆਂ ਨੇ ਆਪ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਾ, ਉੱਥੇ ਢਾਡੀ ਸਿੰਘਾਂ ਨੇ ਗੁਰ ਇਤਿਹਾਸ ਅਤੇ ਰੰਗਰੇਟਾਂ ਦੇ ਇਤਿਹਾਸ ਆਪ ਨੂੰ ਸਰਵਣ ਕਰਵਾਉਣਾ। ਇਸ ਤੋਂ ਉਪਰੰਤ ਜਿੰਨੇ ਵੀ ਵਿਦਵਾਨ ਪੁਰਸ਼ ਇੱਥੇ ਪਹੁੰਚ ਰਹੇ ਨੇ, ਜਿਨ੍ਹਾਂ ਨੇ ਖਾਸ ਕਰਕੇ ਰੰਗਰੇਟਾਂ ਦਾ ਇਤਿਹਾਸ ਖੋਜਿਆ, ਉਹਨਾਂ ਨੇ ਆਪਦੇ ਸਨਮੁੱਖ ਰੱਖਣਾ ਕਿ ਇਸ ਦੇਸ਼ ਲਈ, ਇਸ ਕੌਮ ਦੇ ਲਈ ਸਾਡੇ ਰੰਗਰੇਟੇ ਸਿੰਘਾਂ ਨੇ ਕਿੰਨੀਆਂ ਕੁਰਬਾਨੀਆਂ ਨੇ। ਆਪਣੇ ਸਿੱਖੀ ਵਿਰਸੇ ਦੇ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਸ਼ਹੀਦ ਬਾਬਾ ਜੀਵਨ ਸਿੰਘ ਵਿੱਦਿਅਕ ਅਤੇ ਭਲਾਈ ਟਰੱਸਟ ਵੱਲੋਂ। ਲੰਗਰ ਦਾ ਉਚੇਚੇ ਤੌਰ 'ਤੇ ਪ੍ਰਬੰਧ ਕੀਤਾ ਗਿਆ, ਤੁਹਾਡੀਆਂ ਜਿਹੜੀਆਂ ਜੁੱਤੀਆਂ ਨੇ ਉਹ ਸਾਂਭਣ ਵਾਸਤੇ ਵੀ ਅਲੱਗ ਪ੍ਰਬੰਧ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜਾ ਸਾਡਾ ਰੂਟ ਪਲਾਨ ਹੈ ਉਹ ਵੀ ਤੁਹਾਨੂੰ ਕਿਸੇ ਤੋਂ ਪੁੱਛਣਾ ਨਾ ਪਵੇ, ਬਕਾਇਦਾ ਸਾਰੇ ਰਸਤਿਆਂ ਦੇ ਉੱਤੇ ਝੰਡੀਆਂ ਲਗਾਈਆਂ ਜਾਣਗੀਆਂ, ਐਰੋ ਦੇ ਨਿਸ਼ਾਨ ਲਗਾਏ ਜਾਣਗੇ, ਬੈਨਰ ਲਗਾਏ ਜਾਣਗੇ, ਤੁਸੀਂ ਆਪਣੇ ਆਪ ਸਿੱਧਾ ਅਨਾਜ ਮੰਡੀ ਬਰਨਾਲਾ ਵਿਖੇ ਪਹੁੰਚੋਗੇ। ਸੋ ਜਿੰਨੀਆਂ ਵੀ ਸੰਗਤਾਂ ਮੇਰਾ ਇਹ ਸੰਦੇਸ਼ ਸੁਣਦੇ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ, ਕਿਉਂਕਿ ਇਹ ਇਤਿਹਾਸ ਇਕੱਲਾ ਰੰਗਰੇਟਿਆਂ ਦਾ ਨਹੀਂ ਹੈ, ਇਹ ਸਿੱਖਾਂ ਦਾ ਇਤਿਹਾਸ ਹੈ। ਸੋ ਬਿਨਾਂ ਕਿਸੇ ਭੇਦਭਾਵ ਤੋਂ ਪੂਰੇ ਹੁੰਮ ਹੁਮਾ ਕੇ ਆਪ ਆਪਣੇ ਸਾਧਨਾਂ ਰਾਹੀਂ 25 ਫਰਵਰੀ 2018 ਦਿਨ ਐਤਵਾਰ ਨੂੰ ਅਨਾਜ ਮੰਡੀ ਬਰਨਾਲਾ ਵਿਖੇ ਪਹੁੰਚ ਕੇ ਆਪਣਾ ਇਤਿਹਾਸ ਸਰਵਣ ਕਰਕੇ ਆਪਣੇ ਵਿਰਸੇ ਨਾਲ ਜੁੜਨ ਦਾ ਉਪਰਾਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।